ਓ ਗੱਡੀ ਰੌਂਗ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਕਿਸਾਨ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਾਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰਾਂ ਉੱਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲਓ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲਓ ਆਰ ਸੀ ਲਾਇਸੈਂਸੀ ਯਾਰੋ ਕੌਣ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪਰ ਦੂਚਨ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਗੱਡੀ 40 ਦੀ ਸਪੀਡ ਤੇ ਚਲਾਓ ਜੀ ਤੇ ਜਿਵੇਂ ਚ ਗੱਡੀ ਕਦੇ ਨਾ ਭਜਾਓ ਜੀ ਘਰ ਵਿੱਚ ਬੱਚੇ ਥੋੜੀ ਵੇਟ ਕਰਦੇ ਤੁਸੀਂ ਫਿਰ ਤੇਜੀ ਦਾ ਸੁਕਾ ਦੀ ਕਰਦੇ ਮੁੱਕਦੀ ਹੈ ਗੱਲ ਯਾਰੋ ਇਹ ਮਕੌਣੀਆਂ ਹਾਈ ਬੇ ਤੇ ਗੱਡੀ ਛੱਟ ਤੇ ਚਲਾਉਣੀਆਂ ਬੱਚਾ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕੇ ਪਬਲਕ ਲੰਘਣ ਲਈ ਰਸਤਾ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਸ਼ਾਸਨ ਦਾ ਸਦਾ ਸਾਥ ਕੀ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਸ਼ਾਸਨ ਦਾ ਸਦਾ ਸਾਥ ਕੀ ਦਿਓ ਡ੍ਰਿੰਕ ਕਹਿੰਦੇ ਪਹਿਲੇ ਸਚਨਾ ਹੀ ਕਰਨਾ ਦੱਸ ਕਿ 1000 ਰੁਪਏ ਫਾਈਨ ਪਰਨਾ ਗਰਲ ਸਕੂਲਾ ਕੇ ਨਾ ਹੀ ਖੜਨਾ ਧੀਆਂ ਪਹਿਣਾ ਦੀਆਂ ਬਾਹਾਂ ਨਹੀਂ ਫੜਨਾ ਮੋਗੇ ਦਾ ਸਿਪਾਈ ਗੀਤ ਗਾਈ ਜਾਂਦਾ ਏ ਕੀ ਤਰ੍ਹਾਂ ਹੀ ਰੂਲ ਸਮਝਾਈ ਜਾਂਦਾ ਏ ਮੋਗੇ ਦਾ ਸਪੈਹੀ ਗੀਤ ਗਾਈ ਜਾਂਦਾ ਏ ਗੀਤਾਂ ਰਾਂਹੀ ਰੂਲ ਸਮਝਾਈ ਜਾਂਦਾ ਏ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਟ੍ਰੈਫਿਕ ਦੇ ਰੂਲ ਦਿਲਾ ਵਿੱਚ ਪੜ੍ਹ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਟੋਕਪ ਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਕ ਵੱਖਰੇ ਅੰਦਾਜ਼ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਟ੍ਰੈਫਿਕ ਵਿਵਸਥਾ ਬਣਾਈ ਰੱਖਣ ਵਿੱਚ ਵਿਸ਼ੇਸ਼ ਯੋਗਦਾਨ ਪੇੜਿਆ ਮੌਕਾ ਤੋਂ ਸਾਡੇ ਸੰਬੰਧਤਾ ਤਾ ਨਰੇਸ਼ ਕੋੜਾ ਨੇ ਅਧਿਕਾਰੀ ਨਾਲ ਗੱਲਬਾਤ ਕਰਕੇ ਅਨੋਖੇ ਢੰਗ ਸਬੰਧੀ ਜਾਣਕਾਰੀ ਹਾਸਲ ਕੀਤੀ ਸਟੈਲਰ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਔਰ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਟ੍ਰੈਫਿਕ ਦੇ ਬਹੁਤ ਵਧੀਆ ਅੰਪਲਾਈਜ਼ ਜੋ ਕਿ ਗੁਰਪ੍ਰੀਤ ਜੀ ਨੇ ਔਰ ਇਹਨਾਂ ਨੇ ਹੁਣ ਤੱਕ ਆਪਣਾ ਜੋ ਵੀ ਟ੍ਰੈਫਿਕ ਦੇ ਨੀਮਾਂ ਬਾਰੇ ਲੋਕਾਂ ਨੂੰ ਗਾਇਕੀ ਦੇ ਜ਼ਰੀਏ ਆਪਣਾ ਉਹਨਾਂ ਨੂੰ ਸਾਰੇ ਨਿਯਮ ਦੱਸਿਆ ਔਰ ਅਸੀਂ ਹੁਣ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਹਾਂਜੀ ਗੁਰਪ੍ਰੀਤ ਜੀ ਤੁਸੀਂ ਜਿਹੜੀ ਗਾਇਕੀ ਕਰ ਰਹੇ ਹੋ ਔਰ ਕਦੋਂ ਤੋਂ ਕਰ ਰਹੇ ਹੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੇਰੇ ਵੱਲੋਂ ਪਹਿਲਾਂ ਤਾਂ ਚੈਨਲ 10 ਟੇਲਰਸ ਨਰੇਸ਼ ਕੋੜਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਆਪਣੇ ਮਾਧਿਅਮ ਰਹੀਂ ਸੇਵਾ ਨਿਭਾ ਰਹੇ ਨੇ ਅਤੇ ਪਬਲਿਕ ਨੂੰ ਜਾਗਰੂਕ ਕਰ ਰਹੇ ਨੇ ਆਪਣੇ ਮਾਧਿਅਮ ਰਹੀਂ ਮੇਰਾ ਜਿਹੜਾ ਇਹ ਸੰਦੇਸ਼ ਆ ਇਹ ਇਕੱਲੇ ਇਕੱਲੇ ਇਨਸਾਨ ਤੱਕ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਮੇਰਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਜਿਹੜਾ ਗਾਇਕੀ ਦਾ ਸਫਰ ਆ ਜੀ ਇਹ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਮੈਂ ਸਕੂਲ ਦੇ ਵਿੱਚ ਲੱਗਦੇ ਹੁੰਦੇ ਸੀ ਸ਼ਨੀਵਾਰ ਦੀ ਸ਼ਬਦ ਸਭਾ ਜੀ ਉਹਨਾਂ ਦੇ ਵਿੱਚ ਗਾਉਂਦਾ ਹੁੰਦਾ ਸੀਗਾ ਜੀ ਸੋ ਇੱਥੇ ਮੈਨੂੰ ਸਾਡੇ ਟ੍ਰੈਫਿਕਨ ਚਾਰਜ ਜੀ ਉਹਨਾਂ ਨੇ ਸੁਣਿਆ ਸੀਗਾ ਜੀ ਫਿਰ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਹੌਲੀ ਹੌਲੀ ਵੀ ਗਰਪੇਜ ਤੂੰ ਵਧੀਆ ਸੁਣਾ ਗਾ ਲੈਣਾ ਤੇ ਕਿਉਂ ਨਾ ਕੋਈ ਨਾ ਕੋਈ ਟ੍ਰੈਫਿਕ ਤੇ ਕੋਈ ਰੂਲਾਂ ਦੇ ਮੁਤਾਬਕ ਸੌਂਗ ਜੋੜ ਕੇ ਤੇ ਨਾਲੇ ਤੇਰਾ ਸ਼ੌਂਕ ਪੂਰਾ ਹੋ ਜਾਊਗਾ ਜੀ ਤੇ ਨਾਲੇ ਕਿਸੇ ਨੂੰ ਆਪਣਾ ਜਿਹੜਾ ਪਬਲਿਕ ਨੂੰ ਕੋਈ ਚੰਗਾ ਸੁਨੇਹਾ ਮਿਲ ਜਾਊਗਾ ਜੀ ਸੋ ਫਿਰ ਉਹਨਾਂ ਤੋਂ ਪ੍ਰੇਰਿਤ ਹੋ ਕੇ ਤੇ ਮੈਂ ਇਹ ਜਿਹੜਾ ਸੌਂਗ ਸੀਗਾ ਇਹ ਜੋੜਿਆ ਸੀਗਾ ਜੀ ਸੋ ਉਹ ਆਪਜੀ ਦੇ ਮਾਧਿਅਮ ਰਹੀਂ ਮੈਂ ਪੇਸ਼ ਕਰੂੰਗਾ ਜੀ ਹੂੰ ਉਹ ਗੱਡੀ ਰੌਂਗ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਨੁਕਸਾਨ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਾਹਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰਾਂ ਉਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲਓ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲਓ ਆਰ ਸੀ ਲਾਇਸੈਂਸੀ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪਰ ਦੂਜਣੇ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇ ਜੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਘਰ ਵਿੱਚ ਬੱਚੇ ਥੋੜੀ ਵੇਟ ਕਰੀਦੇ ਤੁਸੀਂ ਫਿਰ ਤੇਜੀ ਦਾ ਸੁੱਕਾ ਦੀ ਕਰਦੇ ਮੁੱਕਦੀ ਹੈ ਗੱਲ ਯਾਰੋ ਇਹ ਮਕੌਣੀਆਂ ਹਾਈ ਬੇ ਤੇ ਗੱਡੀ ਛੱਟ ਤੇ ਚਲਾਉਣੀਆਂ ਬੱਚਾ ਵਾਲੇ ਵੀਰਾਂ ਨੂੰ ਵੀ ਬੇਣਤੀ ਆ ਕੇ ਪਬਲਕ ਲੰਘਣ ਲਈ ਰਸਤਾ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਸ਼ਾਸਨ ਦਾ ਸਦਾ ਸਾਥ ਕੀ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਸ਼ਾਸਨ ਦਾ ਸਦਾ ਸਾਥ ਕੀ ਦਿਓ ਡ੍ਰਿੰਕ ਕਹਿੰਦੇ ਪਹਿਲੇ ਸਚਨਾ ਹੀ ਕਰਨਾ ਦੱਸ ਕਿ 1000 ਰੁਪਏ ਫਾਈਨ ਪਰਨਾ ਗਰਲ ਸਕੂਲਾ ਕੇ ਨਾ ਹੀ ਖੜਨਾ ਧੀਆਂ ਪਹਿਣਾ ਦੀਆਂ ਬਾਹਾਂ ਨਹੀਂ ਫੜਨਾ ਮੋਗੇ ਦਾ ਸਿਪਾਈ ਗੀਤ ਗਾਈ ਜਾਂਦਾ ਏ ਕੀ ਤਰ੍ਹਾਂ ਹੀ ਰੂਲ ਸਮਝਾਈ ਜਾਂਦਾ ਏ ਮੋਗੇ ਦਾ ਸਿਪਾਹੀ ਗੀਤ ਗਾਈ ਜਾਂਦਾ ਏ ਕੀ ਤਰ੍ਹਾਂ ਹੀ ਰੂਲ ਸਮਝਾਈ ਜਾਂਦਾ ਏ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਟ੍ਰੈਫਿਕ ਦੇ ਰੂਲ ਦਿਲਾ ਵਿੱਚ ਪੜ੍ਹ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਏ ਸੀ ਸਾਡੇ ਗੁਰਪ੍ਰੀਤ ਜੀ ਜਿਹੜੇ ਟ੍ਰੈਫਿਕ ਦੇ ਨੀਮਾਂ ਦਾ ਤੁਹਾਨੂੰ ਗਾਇਕੀ ਦੇ ਜ਼ਰੀਏ ਤੁਹਾਨੂੰ ਸਾਰਾ ਜਾਣਕਾਰੀ ਦੇ ਰਹੀ ਸੀ ਔਰ ਤੁਸੀਂ ਦੇਖਦੇ ਰਹੋ ਸਾਡਾ ਦਾ ਸਟੇਲਰ ਨਿਊਜ਼ ਨਰੇਸ਼ ਕੋਲਾ पेशन मोकातून नरेश कोडाची रिपोर्ट